ਮੈਂ ਮਾਝਾ ਕਿਸਾਨ ਸੰਘਰਸ਼ ਕਮੇਟੀ ਦਾ ਯੂਥ ਪ੍ਰਧਾਨ ਆ ਪੰਜਾਬ ਦਾ, ਤੇ ਇਹ ਜਥੇਬੰਦੀ 32 ਜਥੇਬੰਦੀਆਂ ਚ ਇੱਕ ਜਥੇਬੰਦੀ ਆ, ਤੇ ਇਹ ਪੁਲਿਸ ਵਾਲੇ ਹੁਣ ਤੁਹਾਨੂੰ ਸੀਜ਼ਨ ਪਤਾ ਵਾ ਗਰਮੀਆਂ ਦਾ ਸੀਜ਼ਨ ਆ, ਜੇ ਕਿਸੇ ਨੇ ਜਾਲੀ ਲਾਤੀ ਤੇ ਜੇ ਕੋਈ ਕੋਪਰੇਟ ਕਰਕੇ ਲਾ ਦਿੰਦਾ ਤੇ ਉਹਦੇ ਚ ਵੀ ਉਹ ਕਿਹੜਾ ਵਾ ਨਜਾਇਜ਼, ਕਿਹੜਾ ਬਲਕਿ ਕਿਹੜੀ ਪੁਲਿਸ ਵਾਲੇ ਨਜਾਇਜ਼ ਧੱਕਾ ਕਰਨ ਤੇ ਉਹ ਗਲਤ ਗੱਲ ਆ। ਜੇ ਪਬਲਿਕ ਕੋਪਰੇਟ ਕਰ ਰਹੀ ਹੈ ਤੇ ਤੁਸੀਂ ਵੀ ਕੋਪਰੇਟ ਕਰੋ, ਜੇ ਨਹੀਂ ਕਰ ਰਹੀ ਤੇ ਫਿਰ ਤੁਹਾਡਾ ਬਣਦਾ ਵਾ ਵੀ ਹਾਂ ਕਾਰਵਾਈ ਕੀਤੀ ਜਾਵੇ। ਜਾਲੀਆਂ ਭਾਜੀ ਉਸਨੇ ਲਾਤੀਆਂ, ਜਾਲੀ ਫਰੰਟ ਸ਼ੀਸ਼ੇ ਤੇ ਕੋਈ ਜਾਲੀ ਨਹੀਂ, ਕੁਝ ਨਹੀਂ, ਬੈਕ ਸਾਈਡ ਤੇ ਉਹ ਗਰਮੀ, ਕਿਉਂਕਿ ਤੁਹਾਨੂੰ ਪਤਾ ਗਰਮੀ ਦਾ ਮੌਸਮ ਆ ਤੇ ਗਰਮੀ ਹਰ ਕੋਈ ਚਾਹੁੰਦਾ ਵੀ ਆਪਾਂ ਗਰਮੀ ਤੋਂ ਭੇਜ, ਕਈਆਂ ਦੇ AC ਨਹੀਂ ਚੱਲਦਾ। ਸਫਾਰਿਸ਼ ਭਾਜੀ ਆਪਾਂ ਕਿਉਂਕਿ ਸਾਨੂੰ ਜਾਣਦੇ, ਆਪਾਂ ਕਿਹਾ ਵੀ ਉਹਨਾਂ ਨੂੰ ਪੁੱਛ ਲਓ, ਆਪਾਂ ਕੋਈ ਇਹੋ ਜਿਹਾ ਕੰਮ ਨਹੀਂ ਕਰਦੇ, ਕੋਈ ਵੀ ਕੋਈ ਅਫਸਰ ਆ ਕੋਈ ਆਪਣੇ ਰਿਲੇਟਿਵਸ ਆ ਉਹਨਾਂ ਨੂੰ ਪੁੱਛ ਲਓ ਵੀ ਸਾਡਾ ਕਰੈਕਟਰ ਕਿੱਦਾਂ, ਤੁਸੀਂ ਗੱਡੀ ਚੈੱਕ ਕਰ ਲਓ ਜਾਂ ਉੱਦਾਂ ਵੀ ਨੋ ਮਤਲਬ ਸਾਨੂੰ ਹੁਣ ਮਾਝਾ ਕਿਸਾਨ ਸੰਘਰਸ਼ ਕਮੇਟੀ ਹੈ 32 ਜਥੇਬੰਦੀਆਂ ਜੋ ਇੱਕ ਜਥੇਬੰਦੀ ਆਉਂਦੀ ਹੈ, ਗਲਤ ਕੰਮ ਕੀਤਾ ਹੀ ਨਹੀਂ ਜੀ, ਗਲਤ ਕੰਮ ਸਾਡੇ ਚੈੱਕ ਕਰੋ, ਪੁਲਿਸ ਵਾਲਿਆਂ ਨੂੰ ਸਭ ਪਤਾ ਕੌਣ ਗਲਤ ਕੰਮ ਕਰਦਾ ਕੌਣ ਨਹੀਂ ਕਰਦਾ। ਕਾਲੀ ਜਾਲੀਆਂ ਆਪਾਂ ਉਸੇ ਵੇਲੇ ਇੱਕ ਵਾਰੀ ਇਹਨਾਂ ਨੇ ਕਿਹਾ ਰੁਕ ਜਾ, ਆਪਾਂ ਰੋਕ ਕੇ ਗੱਡੀ ਸਾਈਡ ਤੇ ਕਰ ਲਈ, ਚਲਾਨ ਕੱਟਤਾ ਕੱਟੋ, ਪਰ ਇਹ ਆ ਵੀ ਇਹਨਾਂ ਨੂੰ ਪਤਾ ਹੋਣਾ ਚਾਹੀਦਾ ਵੀ ਕੌਣ ਜਾਇਜ਼ ਆ ਤੇ ਕੌਣ ਅਜਾਇਜ਼ ਆ। ਆਪਾਂ ਕੋਪਰੇਟ ਕਰ ਰਹੇ ਹਾਂ, ਕੋਪਰੇਟ ਕਰਕੇ ਜੇ ਜ਼ਿਆਦਾ ਆਪਾਂ ਰਨ ਕਰ ਰਹੇ ਹਾਂ ਤਾਂ ਫਿਰ ਸਾਨੂੰ ਉਹ ਕਾਰਵਾਈ ਕੀਤੀ ਜਾਵੇ, ਜਦੋਂ ਆਪਾਂ ਰਨ ਹੀ ਨਹੀਂ ਕਰ ਰਹੇ। ਆਪਾਂ ਕਿਹਾ ਵੀ ਸਾਡੀ ਚੈੱਕ ਕਰੋ, ਗਰਮੀ ਦਾ ਮੌਸਮ ਆ, ਗਰਮੀ ਦੇ ਕਰਕੇ ਨੋਰਮਲ ਕਈ ਮਤਲਬ ਡਾਕਟਰਸ ਵੀ ਜਾਲੀਆਂ ਲਾਉਂਦੇ ਨੇ, ਸਿਰਫ ਇਹ ਨਹੀਂ ਵੀ ਆਮ ਪਬਲਿਕ, ਹੁਣ ਡਾਕਟਰਸ ਜਾਲੀਆਂ ਲਾਉਂਦੇ ਆ ਉਹਨਾਂ ਕੋਲ ਮੈਡੀਕਲ ਪ੍ਰੂਫ ਹੁੰਦਾ ਵੀ ਹਾਂ ਮੈਡੀਕਲ ਇਸ਼ੂ ਆ ਜੀ, ਉਹ ਬਣਾ ਲੈਣਗੇ ਸਰਟੀਫਿਕੇਟ, ਹੁਣ ਆਮ ਪਬਲਿਕ ਨਹੀਂ ਬਣਾ ਸਕਦੀ। ਤੇ ਚਲਾਨ ਭਾਜੀ ਸਲੰਤਰ ਕਰਕੇ ਹੋਇਆ ਜੀ, ਹਾਂਜੀ ਧਾਕੇ ਵਾਸਤੇ, ਕੀ ਹੋਣ ਚਾਹੀਦਾ ਹੁਣ ਤਾਂ ਕੁਛ ਨਹੀਂ, ਕੋਈ ਹੱਲ ਨਹੀਂ ਹੈਗਾ ਜੀ, ਹੁਣ ਤਾਂ ਹੋ ਗਿਆ ਜੋ ਹੋਣਾ, ਕੀ ਹੋ ਗਿਆ ਚਲਾਨ ਹੋ ਗਿਆ ਜੋ ਹੋਣਾ ਬੋਰਡ ਹੋ ਗਿਆ। ਟ੍ਰੈਫਿਕ ਦੇ ਜਿੰਨੇ ਵੀ ਨਿਯਮ ਹੈਗੇ ਆ ਉਹਨਾਂ ਨੂੰ ਸਖਤੀ ਨਾਲ ਜਿਹੜਾ ਵਾ ਉਹਨਾਂ ਦੀ ਪਾਲਣਾ ਕੀਤੀ ਜਾਵੇਗੀ, ਕਿਸੇ ਵੀ ਨਿਯਮ ਨੂੰ ਜਿਹੜਾ ਅਣਗੌਲਿਆ ਨਹੀਂ ਕੀਤਾ ਜਾਏਗਾ। ਜਿਹੜੇ ਪਟਾਕੇ ਮਾਰਨ ਵਾਲੇ ਪੁਲਿਸ ਦੇ ਜਿਹੜੇ ਪਟਾਕੇ ਵਜਾਉਂਦੇ ਆ ਉਹਨਾਂ ਨੂੰ ਬਿਲਕੁਲ ਨਹੀਂ ਬਖਸ਼ਿਆ ਜਾਏਗਾ, ਜੇ ਕਿਸੇ ਦੇ ਕਾਲੀਆਂ ਜਾਲੀਆਂ ਲੱਗੀਆਂ ਬਲੈਕ ਫਿਲਮਾਂ ਲਾਈਆਂ ਉਹਨਾਂ ਦਾ ਵੀ ਚਲਾਨ ਕੀਤਾ ਜਾਏਗਾ। ਬਾਕੀ ਕੋਈ ਵੀ ਡਰੰਕਡ ਡਰਾਈਵਰ ਹੈ, ਬਿਨਾਂ ਨੰਬਰੀ ਆ, ਮੂੰਹ ਬੰਨੇ ਆ, ਕਿਸੇ ਨੂੰ ਬਖਸ਼ਿਆ ਨਹੀਂ ਜਾਏਗਾ। ਉਹ ਤਾਂ ਤੁਹਾਨੂੰ ਦਿਖਾਇਆ ਦਿੱਤਾ, ਪਟਾਕਿਆਂ ਦੀ ਇੰਨੀ ਜ਼ਿਆਦਾ ਗੂੰਜ ਸੀ ਕਿ ਮੇਰੇ ਆਪਣੇ ਕੰਨ ਜਿਹੜੇ ਆ ਉਹ ਸੁਣ ਨਹੀਂ ਰਹੇ ਇੰਨੀ ਆਵਾਜ਼। ਚਲਾਨ ਅਸੀਂ ਕੋਈ ਅੱਜ 50 ਦੇ ਕਰੀਬ ਕਰਤੇ ਆ ਤੇ ਅਜੇ ਅਸੀਂ ਕਰ ਰਹੇ ਹਾਂ, ਹੋਰ ਸਖਤੀ ਨਾਲ ਕਰ ਰਹੇ।